ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਜੋ ਕਿ ਰੋਸ਼ਨੀ ਦਾ ਤਿਉਹਾਰ ਹੈ, ਪਰ ਹੁਣ ਤੱਕ ਇਹੀ ਦੇਖਿਆ ਕਿ ਦੀਵਾਲੀ ਨੂੰ ਅਸੀਂ ਪਟਾਕਿਆਂ, ਮੋਮਬੱਤੀਆਂ ਤੇ ਲੜੀਆਂ ਦੇ ਨਾਲ, ਬਿਜਲੀ ਦੇ ਹੋਰ ਪਦਾਰਥਾਂ ਦੇ ਨਾਲ ਹੀ ਮਨਾਇਆ। ਬਦਲਦੇ ਮੌਸਮ ਦੇ ਨਾਲ ਤੇ ਵੱਧ ਰਹੇ ਪ੍ਰਦੂਸ਼ਣ ਕਰਕੇ ਸਾਹ ਤੇ ਦਮੇ ਦੀਆਂ ਤੇ ਹੋਰ ਅਨੇਕਾਂ ਭਿਆਨਕ ਬਿਮਾਰੀਆਂ ਦਾ ਅੱਜ ਮਨੁੱਖ ਸ਼ਿਕਾਰ ਹੋ ਰਿਹਾ ਹੈ। ਸੋ ਬਦਲਦੇ ਸਮੇਂ ਦੇ ਨਾਲ ਆਓ ਦੀਵਾਲੀ ਮਨਾਉਣ ਦੇ ਤਰੀਕੇ ਵੀ ਬਦਲੀਏ। ਆਓ ਇਹਨਾਂ 6 ਨੁਕਤਿਆਂ ਤੇ ਚੱਲ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਜਿਹੜਾ ਪਲੇਜ ਕਰੀਏ। ਪਹਿਲਾ ਨੁਕਤਾ, ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ, ਪ੍ਰਦੂਸ਼ਣ ਦਾ ਨਹੀਂ। ਪੰਜਾਬ 'ਚ ਫੈਲ ਰਹੀਆਂ ਦਮਾ, ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਪਟਾਕਿਆਂ ਤੋਂ ਤੌਬਾ ਕਰੀਏ। ਦੂਜਾ ਨੁਕਤਾ, ਬੱਲਬ ਤੇ ਮੋਮਬੱਤੀਆਂ ਦੀ ਜਗ੍ਹਾ ਤੇ ਤੇਲ ਦੇ ਦੀਵੇ ਦੀ ਵਰਤੋਂ। ਜਦੋਂ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਬਹੁਤ ਸਾਰੀਆਂ ਮੋਮਬੱਤੀਆਂ ਜਗਾਉਂਦੇ ਹਾਂ, ਉਹਨਾਂ ਦੀ ਬਜਾਏ ਇੱਕ ਪਰਿਵਾਰ ਇੱਕ ਹੀ ਮੋਮਬੱਤੀ ਲੈ ਕੇ ਜਗਾਵੇ ਤਾਂ ਕਿ ਅਸੀਂ ਵਾਤਾਵਰਣ ਦਾ ਪ੍ਰਦੂਸ਼ਣ ਘਟਾ ਸਕੀਏ। ਨੁਕਤਾ ਤੀਜਾ, ਪ੍ਰਦੂਸ਼ਣ ਰਹਿਤ ਦੀਵਾਲੀ ਅਸੀਂ ਘਰ ਵਿੱਚ ਇਕੱਠਿਆਂ ਬੈਠ ਕੇ ਵੀ ਮਨਾ ਸਕਦੇ ਹਾਂ। ਕਥਾ ਕਹਾਣੀਆਂ, ਕਵਿਤਾਵਾਂ, ਸ਼ੇਰੋ ਸ਼ਾਇਰੀ ਅਤੇ ਵਧੀਆ ਤੰਦਰੁਸਤ ਭੋਜਨ ਖਾ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਅਸੀਂ ਘਰ ਮਨਾ ਸਕਦੇ ਹਾਂ। ਨੁਕਤਾ ਚੌਥਾ, ਨਿੱਜੀ ਨਾਲੋਂ ਸਮੂਹਿਕ ਸਮਾਰੋਹ ਲਾਭਦਾਇਕ ਹੁੰਦੇ ਨੇ। 10 ਗਵਾਂਢੀ ਵੱਖੋ ਵੱਖ ਆਤਿਸ਼ਬਾਜ਼ੀਆਂ ਚਲਾਉਣ ਨਾਲੋਂ ਕਿਉਂ ਨਾ 10 ਭਾਈਚਾਰੇ ਵਿੱਚ ਰਲ ਕੇ ਇੱਕੋ ਆਤਿਸ਼ਬਾਜ਼ੀ ਦਾ ਆਨੰਦ ਮਾਣੀਏ। ਨਾਲੇ ਤਾਂ ਪੈਸੇ ਬਚਣਗੇ ਤੇ ਨਾਲੇ ਪ੍ਰਦੂਸ਼ਣ ਘੱਟ ਹੋਊਗਾ। 5ਵਾਂ ਨੁਕਤਾ, ਰੰਗੋਲੀ ਲਈ ਕੁਦਰਤੀ ਰੰਗਾਂ ਦੀ ਵਰਤੋਂ ਕਰੀਏ। ਕਣਕ, ਚਾਵਲ ਤੇ ਅਲੱਗ ਅਲੱਗ ਰੰਗਾਂ ਦੀਆਂ ਦਾਲਾਂ ਵਰਤੀਏ ਤੇ ਕੈਮੀਕਲ ਫ੍ਰੀ ਰੰਗੋਲੀ ਬਣਾਈਏ। 6ਵਾਂ ਨੁਕਤਾ, ਤੋਹਫੇ ਤੇ ਹੋਰ ਫਜ਼ੂਲ ਖਰਚ ਤੋਂ ਬਚੋ। ਤੁਹਾਡੇ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਹੈ, ਇਹਨਾਂ ਫਜ਼ੂਲ ਜਿਹੇ ਪਦਾਰਥਾਂ ਦੀ ਨਹੀਂ। ਇਸ ਕਰਕੇ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰ ਨੂੰ ਦਿਓ ਤੇ ਇਹੋ ਜਿਹੇ ਪਦਾਰਥ ਵਾਸਤੇ ਤੋਹਫਿਆਂ ਦੀ ਖਰੀਦੋ ਫਰੋਖਤ ਤੋਂ ਬਚੋ। ਇਹ ਨੇ 6 ਨੁਕਤੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਮਨਾ ਸਕਦੇ ਹੋ ਗ੍ਰੀਨ ਦੀਵਾਲੀ ਤੇ ਪ੍ਰਦੂਸ਼ਣ ਮੁਕਤ ਕਰ ਸਕਦੇ ਹੋ ਆਪਣੇ ਵਾਤਾਵਰਣ ਨੂੰ। ਸਪੋਰਟ ਇਕੋਸਿਕ, ਸਪੋਰਟ ਗ੍ਰੀਨ ਦੀਵਾਲੀ।